समझदी नहीं यार। भाई ये ऐसा ही कुलदीप नु मिलना सी। ओ बैठे है सामने। ठीक है। ओ आ भी पिंदिया। आ लो जी आपकी मानत गिन लियो पांच है पूरा। बंदा बड़ा दिलदार है पिंदिया, तेरे नाल यारी पूरी निभोगी। तुसी अपना वादा निभा रहे हो साहब जी, ते मैं अपना। ले फिर अपने काम होर कर दे। आ पर्ची ले जा, SHO साहब दे घरे समान पहुंचता कर दी। होम थिएटर, AC ते फ्रिज हो जूगा साहब जी। कोई होर सेवा दसो। ठीक है चलते हैं साहब जी। थानेदार साहब, आ जमीन नी जिहड़ी नहर दे नाल लगदे 10 किले आ रौले वाली, वह आपां लै ली हुण। कब्जा लैना उहदा, वह मारो छित्तर ते कढो वाण चो बाहर उहनां नूं। मान साहब गल पता की है, काम तो सारे हो जाते हैं पर करने पैंदे हैं कानून के दायरे च रह के। तुसी इहदी ड्यूटी लाओ अमली ब्रिगेड की। आखिर मैनूं तां इह दसो जे भी नजायज़ परचा किहदे ते कटणा। पहला तो मीडिया नहीं माण सी, अजकल तो पुलिस वाले की वीडियो बना के नाल दी नाल लोक नेट ते पा। अपने तो सारे बंदे नूं इलाके च लोग पछाणदे आ, इहदे तां अपोजिशन मुद्दा भी बना सकदी है। बंदा कोई लभीए अणपछाता, जे रौला पै भी गया तो गल होर पासे मोड़ देंगे। बंदा तो अपने कोले हैगा फिर। हेलो। हाँ जी सर। ओ कुलदीप, पिंदे नूं फोन करके MLA साहब दी कोठी भेज, काम है जरूरी। जी सर। लो जनाब। ओ पिंदिया, तेनू SHO साहब ने MLA दे घरे बुलाया। ਸਤਿਕਾਲ ਜੀ, MLA ਸਾਹਿਬ ਨੇ ਬੁਲਾਇਆ ਸੀ। ਸਤਿਕਾਲ ਜੀ। ਸਤਿਕਾਲ। पैसे होर मिल जाएंगे पर कम कच्चा नहीं होना चाहिए। देखो भी मुंडियो, सिफारिश से कम दवाया MLA साहब नूं कह के कोई कमी पेशी नहीं रहनी चाहिए। ओ तुसी टेंशन ना लो थानेदार साहब, कम दी ओके रिपोर्ट मिलेगी। बड़े काबल मुंडे है जी। ਪਈ ਜਾਂਦੇ ਪਟਾਕੇ। ਛੱਡੋ ਵੀ ਛੱਡੋ, ਬਹੁਤ ਹੋ ਗਿਆ। ਉਹ ਦੋ ਚਾਰ ਜਣਿਆਂ ਨੇ ਆਪਦੇ ਵੀ ਸੱਟਾਂ ਮਾਰ ਲਿਆ ਜੀ। ਉਹ ਡਾਕਟਰ ਦੀ ਰਿਪੋਰਟ ਨਾਲ ਸਾਨੂੰ ਪਰਚਾ ਬਣਾਉਣਾ ਸੌਖਾ ਹੋਜੂ।
ਰੱਬ ਕਰਕੇ ਖਾਂਦੇ ਸਰ ਸਾਰਾ ਹੀ ਟੱਬਰ ਮਰ ਜੇ। ਉਹ ਪਰੇ ਹੋਇਓ, ਉਹ ਕੀ ਹੋ ਗਿਆ ਗਰਮੇਲ? ਉੱਠ ਗਰਮੇਲ, ਕੀ ਹੋ ਗਿਆ ਗਰਮੇਲ, ਕੀ ਹੋ ਗਿਆ ਗਰਮੇਲ? ਆ ਪਾਪ ਦੀ ਕਮਾਈ ਘਰੇ ਲੈ ਕੇ ਨਾ ਆਇਆ ਕਰੋ, ਪਤਾ ਨੀ ਆਪਣੇ ਪਰਿਵਾਰ ਤੇ ਕੀ ਮਾੜਾ ਅਸਰ ਕਰੂ। ਕੋਈ ਨੀ ਪੁੱਤ, ਤੁਹਾਡੇ ਵਾਸਤੇ ਕੋਈ ਵੱਖਰੀਆਂ ਸੜਕਾਂ ਨੀ ਬਣੀਆਂ, ਤੁਹਾਡੇ ਨਿਆਣਿਆਂ ਤੇ ਟੱਬਰਾਂ ਨੇ ਇਹਨਾਂ ਸੜਕਾਂ ਉੱਤੋਂ ਤੇ ਲੰਘਣਾ। ਜੋ ਬੀਜੋਗੇ ਉਹੀ ਵੱਢੋਗੇ, ਨੀਲੀ ਛੱਤ ਵਾਲਾ ਕਰੂਗਾ ਨਾ ਸਾਫ। ਭਾਈ ਕਿਵੇਂ ਹੋਇਆ ਇਹ, ਪਤਾ ਲੱਗਿਆ ਕੋਈ? ਭਾਈ ਤੁਰੀ ਜਾਂਦੀ ਚੀਜ਼ ਫੇਟ ਮਾਰ ਗਈ, ਹੁਣ ਤਾਂ ਅਣਪਛਾਤਾ ਲਿਖਿਆ ਜਾਣਾ। ਜਨਾਬ ਲਿਖ ਦਿਓ ਅਣਪਛਾਤਾਵਾਨ ਫੇਟ ਮਾਰ ਗਿਆ। ਅਸੀਂ ਤਾਂ ਆਪਣੇ ਵੱਲੋਂ ਪੂਰਾ ਧਿਆਨ ਨਾਲ ਹੀ ਕੀਤਾ ਜੀ ਕੰਮ, ਬਾਕੀ ਅੱਗੇ ਤਾਂ ਹੁਣ ਤੁਸੀਂ ਦੇਖਣਾ ਜੀ। ਆਹ ਤੂੰ ਫਿਕਰ ਨਾ ਕਰ ਪਿੰਦਿਆ, ਹੁਣ ਤੂੰ ਸਹੀ ਜਗ੍ਹਾ ਤੇ ਪਹੁੰਚਿਆ ਜਾਵਾ। ਤੇਰੀ ਆਵਾਜ਼ ਨਹੀਂ ਦੇਖ ਸਕਦਾ ਕੋਈ, ਮੌਜੂਦਾ ਸਰਕਾਰ ਹੈ ਤੇ ਮਾਨ ਸਾਹਿਬ ਮੰਤਰੀ। ਉਹ ਬਸ ਜੀ, ਤੁਹਾਡਾ ਰਹਿਮ ਤੇ ਮਾਨ ਸਾਹਿਬ ਦੀ ਕਿਰਪਾ ਚਾਹੀਦੀ ਹੈ, ਸਾਡੀ ਆਪੇ ਹੀ ਬੱਲੇ ਬੱਲੇ ਹੈ। ਉਹ ਇਹ ਤਾਂ ਸ਼ੇਰ ਆ ਮੇਰਾ ਸ਼ੇਰ, ਗਿੱਦੜਾਂ ਦੇ ਝੁੰਡ ਤਾਂ ਇਹਨੇ ਖਦੇੜਨੇ ਆ। ਨਾਲੇ ਇੰਸਪੈਕਟਰ ਸਾਹਿਬ ਤੁਹਾਡਾ ਵੀ ਸਾਥ ਚਾਹੀਦਾ ਹੁਣ ਪੂਰਾ, ਇਲੈਕਸ਼ਨ ਆ ਗਏ ਹੁਣ। ਅੰਦਰ ਖਾਤੇ ਸਾਡੀ ਫੁੱਲ ਸਪੋਰਟ ਹੈ ਜੀ, ਪਰ ਵਿਰੋਧੀ ਪਾਰਟੀ ਤੋਂ ਸਾਨੂੰ ਤੁਹਾਡੇ ਨਾਲੋਂ ਵੱਧ ਖਤਰਾ ਹੈ। ਦੇਖੋ ਜੀ, ਤੁਸੀਂ ਤਾਂ ਪਰਦੇ ਪਿੱਛੇ ਰਹਿ ਕੇ ਇਸ਼ਾਰਾ ਕੀਤਾ, ਹੁਣ ਜੇ ਦੂਜੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇਨਕੁਆਰੀਆਂ ਤਾਂ ਸਾਡੇ 'ਤੇ ਖੁੱਲ੍ਹਣੀਆਂ, ਨਜਾਇਜ਼ ਪਰਚਿਆਂ 'ਤੇ ਧੱਕੇ ਛਾਈਆਂ ਦੀਆਂ। ਸਰਵੇ ਦੀ ਕੁਝ ਹੀ ਰਿਪੋਰਟ ਆ ਰਹੀ ਹੈ, ਝੜੀ ਲਾ ਦਿਓ ਪਰਚਿਆਂ ਦੀ ਵਿਰੋਧੀਆਂ 'ਤੇ। ਆ ਚਿੱਟਾ ਨਸ਼ੀਲਾ ਪਾਊਡਰ, ਗੋਲੀਆਂ, ਇੰਨਾ ਡਰ ਪਾ ਦਿਓ ਲੋਕਾਂ ਦੇ ਦਿਲਾਂ 'ਚ ਕਿ ਸਾਡੇ ਖਿਲਾਫ਼ ਕੋਈ ਬਗਾਵਤ ਕਰਨ ਦੀ ਹਿੰਮਤ ਨਾ ਕਰ ਸਕੇ। ਓਏ ਆਪ ਹੀ ਨਾ ਪੀ ਕੇ ਸੁੱਤੇ ਰਹੋ, ਕੰਮ ਵੀ ਕਰਨੇ ਆ। ਵੰਡ ਖਾਓ, ਖੰਡ ਖਾਓ, ਉਹ ਆ ਚੱਕ ਤੂੰ ਵੀ। ਉਹ ਸਾਰੇ ਕਾਲਜਾਂ ਦੇ ਵਿੱਚ ਪ੍ਰਧਾਨਗੀ ਦੇ ਪਰਚੇ ਆਪਣੀ ਪਾਰਟੀ ਵੱਲੋਂ ਲੱਗਣੇ ਚਾਹੀਦੇ ਆ।